ਭਗਵਾਨਤ ਮਾਨ ਸਰਕਾਰ ਨੇ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਸ੍ਰੀ ਜਿੰਦਰ ਰੰਧਾਵੇ ਤੋਂ ਸਰਕਾਰੀ ਗੱਡੀ ਬਾਸ ਮੰਗ ਲਈ ਹੈ। ਜਿੰਦਰ ਰੰਧਾਵੇ ਨੂੰ ਨੋਟਸ ਭੇਜ ਕੇ ਸਰਕਾਰੀ ਗੱਡੀ ਪੀਵੀ 65 ਬੀਏ 1504 ਬਾਸ ਦੇਣ ਲਈ ਕਿਹਾ ਗਿਆ ਹੈ। ਪੰਜਾਬ ਸਰਕਾਰ ਪੰਜਾਬ ਦੀ ਭਲਾਈ ਦੇ ਵੱਡੇ ਫੈਸਲੇ ਕਰ ਰਹੀ ਹੈ। ਹੁਣ ਪੰਜਾਬ ਸਰਕਾਰ ਨੇ ਪੁਲਿਸ ਮਨਾਂ ਨੂੰ ਇੱਕ ਵੱਡਾ ਦੋਹਤਾ ਹੈ। ਪੰਜਾਬ ਸਰਕਾਰ ਨੇ ਪੁਲਿਸ ਵਿੱਚ ਨਵੀਂ ਪੁਲਿਸ ਭਰਤੀ ਸਮੇਂ ਪੁਲਿਸ ਮਨਾਂ ਦੇ ਬੱਚਿਆਂ ਨੂੰ 2% ਕੋਟਾ ਦੇਣ ਦਾ ਫੈਸਲਾ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਵਿੱਚ ਇਹ ਨਿਯਮ ਪਹਿਲਾਂ ਲਾਗੂ ਸੀ ਪਰ ਉਸ ਸਤਕਾਰ ਜੋ ਸਾਥੀਓ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਪੰਜਾਬ ਦੇ ਮੁਲਾਜ਼ਮ ਜੂਟਦੇ ਮੁਲਾਜ਼ਮਾਂ ਪੈਨਸ਼ਨ ਮਲਾਿਆਂ ਬਾਰੇ ਤਾਇਆ ਅਪਡੇਟ ਬਰਾ ਦੋ ਇਹ ਸਾਈ ਦੱਸਾਂਗੇ ਜੀ ਪੰਜਾਬ ਸਰਕਾਰ ਦੀ ਕੈਨਨੂ ਮੀਟਿੰਗ ਟੈਂਡੀਗਲ ਵਿੱਚ ਹੋ ਰਹੀ ਆ ਇਸ ਬਾਰੇ ਵੀ ਪੂਰੀ ਜਾਣਕਾਰੀ ਦਵਾਂਗੇ ਜੀ ਹੁਣ ਮੇਰੀ ਬੇਨਤੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਰੈੱਡ ਬਲ按ਣ ਤੋਂ ਬਾਅਦ ਕੀ ਬੈਲ ਆਈਕਨ ਮਟਨੋ ਆਜੀ ਪੰਜਾਬ ਸਰਕਾਰ ਦੀ ਕੈਨਨ ਮੀਟਿੰਗ ਚੰਡੀਗੜ੍ਹ ਦੇ ਵਿੱਚ ਦੋ ਮੇਨ ਹੋ ਰਹੀ ਆ ਜਿਸ ਰੇਜ ਮੁਲਾਜ਼ਮਾਂ ਲਈ ਐਹ ਫੈਸਲੇ ਹੋਣਗੇ ਪ੍ਰਾਣੀ ਫੈਂਸ ਸਕੀਮ ਡੀ ਦਾ ਰਹਿਦਾ ਬਕਾਇਆ ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਪਿੰਡੂ ਭੱਤਾ ਕੱਟਿਆ ਗਿਆ ਉਸ ਨੂੰ ਬਹਾਲ ਕਰਾਉਣਾ ਅਤੇ ਫੈਕਟਰ 2.72 2.99 3 ਮੰਨ ਸਵੀਰ ਬਾਰੇ ਜੋ ਐਹ ਫੈਸਲੇ ਹੋ ਸਕਦੇ ਹਨ ਪੰਜਾਬ ਡਿਊਟੀ ਅਤੇ ਪੈਨਸ਼ਨ ਮੁਲਾਜ਼ਮਾਂ ਵੱਲੋਂ ਸਾਹ ਦੇ ਫਰੰਟ ਦੇ ਆਗੂ ਸतीश ਰਾਣੇ ਨੇ ਕਿਹਾ ਕਿ 8 ਮਈ ਨੂੰ ਸੰਗਰੂਰ ਵਿੱਚ 500 ਕਰਮਚਾਰੀ ਅਤੇ ਪੈਨਸ਼ਨ ਦੇ ਵੱਡੇ ਬਹੁਤ ਵੱਲੋਂ ਸੰਗਰੂਰ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਈਮਾ ਦੀ ਰੈਸ਼ ਵੱਲ ਮਾਰਚ ਕਰਕੇ ਵਿੱਤ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜੀ ਭਗਵਾਨਤਮਾਨ ਸਰਕਾਰ ਨੇ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਸੁਰਜਿੰਦਰ ਰੰਧਾਵੇ ਤੋਂ ਸਰਕਾਰੀ ਗੱਡੀ ਬਾਸ ਮੰਗ ਲਈ ਹੈ ਸੁਰਜਿੰਦਰ ਰੰਧਾਵੇ ਨੂੰ ਨੋਟਸ ਭੇਜ ਕੇ ਸਰਕਾਰੀ ਗੱਡੀ ਈਵੀ 51 BA 1504バス ਦੇਣ ਲਈ ਕਿਹਾ ਗਿਆ ਹੈ ਜੋ ਗ੍ਰਹਿ ਮੰਤਰੀ ਸਾਹਿਬ ਕਾ ਸਿੰਦਰ ਰਣਾਵੇ ਤੋਂ ਪੰਜਾਬ ਸਰਕਾਰ ਨੇ ਗੱਡੀ バス ਮੰਗ ਲਈ ਹੈ ਜੀ ਜਿੰਨਾ ਸਾਥੀਆਂ ਨੇ ਇੰਤਕ ਚੈਨਲ ਸਾਹਿਬ ਸਰਕਾਰ ਨਹੀਂ ਕੀਤਾ ਚੈਨਲ ਨੂੰ ਰੈਡਵਾਰਡ ਨੂੰ ਆਗੇ ਸਾਾਸਨਾ ਕਰੋ ਜੀ